ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕਿ ਮਹਾਰਾਜ ਦੇ ਪ੍ਰਗਟ ਦਿਵਸ ਦੇ ਉਪਲਕਸ਼ ਦੇ ਵਿੱਚ ਮਾਤਾ ਰਾਣੀ ਚੌਂਕ ਵਿਖੇ ਭਾਰਤੀ ਵਾਲਮੀਕਿ ਆਦਿ ਧਰਮ ਸਮਾਜ ਅਤੇ ਬਾਬਾ ਸਾਹਿਬ ਦਲਿਤ ਫੋਰਸ ਦੇ ਵੱਲੋਂ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਦੋਵੇਂ ਸੰਗਠਨਾਂ ਦੇ ਵੱਲੋਂ ਮਿਲ ਕੇ ਇਹ 11ਵੀਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ, ਜਿਸ ਦੇ ਵਿੱਚ ਸ਼ਹਿਰ ਵਾਸੀਆਂ ਦੇ ਮਨੋਰੰਜਨ ਲਈ ਨਵੀਆਂ ਨਵੀਆਂ ਚੀਜ਼ਾਂ ਪੇਸ਼ ਕੀਤੀਆਂ ਜਾਣਗੀਆਂ। ਲੁਧਿਆਣਾ ਵਾਸੀਆਂ ਨੂੰ ਇਸ ਸ਼ੋਭਾ ਯਾਤਰਾ ਦਾ ਹਿੱਸਾ ਬਣਨ ਦੀ ਅਪੀਲ ਵੀ ਕੀਤੀ ਹੈ। ਸਭ ਤੋਂ ਪਹਿਲਾਂ ਸਾਰੇ ਹੀ ਦੇਸ਼ ਵਾਸੀਆਂ ਨੂੰ ਆਉਣ ਵਾਲੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਜਿਹੜਾ ਪ੍ਰਗਟ ਉਤਸਵ ਹੈ 17 ਤਰੀਕ ਨੂੰ 17 ਅਕਤੂਬਰ ਨੂੰ ਉਹਦੀ ਬਹੁਤ ਬਹੁਤ ਮੁਬਾਰਕਬਾਦ। ਉਸੇ ਉਪਲਕਸ਼ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਅਸੀਂ 11ਵੀਂ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕਿ ਮਹਾਰਾਜ ਜੀ ਨੂੰ ਨਤਮਸਤਕ ਹੋ ਕੇ ਕੱਢਣ ਜਾ ਰਹੇ ਹਾਂ। ਜਿਹੜੀ ਸ਼ੋਭਾ ਯਾਤਰਾ ਉਹਦੀ ਅਗਵਾਈ ਹੈ ਜਿਹੜੀ ਭਾਰਤੀ ਵਾਲਮੀਕਿ ਆਦਿ ਧਰਮ ਸਮਾਜ ਅਤੇ ਬਾਬਾ ਸਾਹਿਬ ਦਲਿਤ ਫੋਰਸ ਜਿਹੜਾ ਸੰਗਠਨ ਹੈ, ਇਹ ਦੋਨੇ ਸੰਗਠਨ ਰਲ ਕੇ ਸ਼ੋਭਾ ਯਾਤਰਾ ਦੀ ਅਗਵਾਈ ਕਰਨਗੇ, ਜਿਹਦੇ ਵਿੱਚ ਸ਼ਹਿਰ ਦੀਆਂ ਸਮੁੱਚੀਆਂ ਹਸਤੀਆਂ ਸ਼ਾਮਿਲ ਹੋਣਗੀਆਂ। 13 ਅਕਤੂਬਰ ਨੂੰ ਸਮਾਂ ਤਕਰੀਬਨ ਦੁਪਹਿਰ ਨੂੰ 2 ਵਜੇ ਸ਼ੋਭਾ ਯਾਤਰਾ ਦਰੇਸੀ ਰੋਡ ਕਿਲ੍ਹਾ ਚੌਂਕ ਜਿਹੜਾ ਉੱਥੋਂ ਸ਼ੁਰੂ ਹੋ ਕੇ ਪੁਰਾਣੀ ਸਬਜ਼ੀ ਮੰਡੀ, ਮਾਤਾ ਰਾਣੀ ਚੌਂਕ, ਘੰਟਾ ਘਰ, ਚੌੜਾ ਬਾਜ਼ਾਰ, 3 ਨੰਬਰ ਡਿਵੀਜ਼ਨ ਹੁੰਦੀ ਹੋਈ ਘਾਟੀ ਵਾਲਮੀਕਿ ਵਿਖੇ ਸਮਾਪਤ ਹੋਊਗੀ। ਸ਼ੋਭਾ ਯਾਤਰਾ ਦੀ ਜਿਹੜੀ ਸਵਾਗਤ ਵਾਸਤੇ ਸ਼ਹਿਰ ਦੇ ਵਿੱਚ ਥਾਂ ਥਾਂ 'ਤੇ ਫਲ ਫਰੂਟ ਦੇ ਜਿਹੜੇ ਲੰਗਰ ਲੱਗੂਗੇ, ਫੁੱਲਾਂ ਦੀ ਵਰਖਾ ਹੋਊਗੀ, ਹਾਥੀ ਘੋੜਿਆਂ ਦੇ ਨਾਲ ਸਜੀ ਹੋਈ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਚਰਨਾਂ 'ਚ ਨਤਮਸਤਕ ਹੋਊਗੀ ਅਤੇ ਸਮੁੱਚੇ ਸ਼ਹਿਰ ਦੇ ਲੋਕ ਇਸ ਸ਼ੋਭਾ ਯਾਤਰਾ ਦਾ ਹਿੱਸਾ ਬਣਨਗੇ। ਸ਼ਹਿਰ ਦੀਆਂ ਸਮੁੱਚੀਆਂ ਧਾਰਮਿਕ ਸਮਾਜਿਕ ਜਿਹੜੀਆਂ ਸੰਸਥਾਵਾਂ ਵਾ ਉਹਨਾਂ ਦੇ ਵੀ ਅਹੁਦੇਦਾਰ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਅਜਰ ਅਮਰ ਤ੍ਰਿਕਾਲਦਰਸ਼ੀ ਨਾਰੀ ਰਕਸ਼ਕ ਲਵਕੁਸ਼ ਪਾਲਕ ਪਰਮ ਪਿਤਾ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ 17 ਅਕਤੂਬਰ ਨੂੰ ਪ੍ਰਗਟ ਦਿਵਸ ਹੈ, ਉਹਦੇ ਸੰਬੰਧ 'ਚ ਲਗਭਗ 11ਵੀਂ ਸ਼ੋਭਾ ਯਾਤਰਾ 13 ਤਰੀਕ ਨੂੰ ਭਾਰਤੀ ਵਾਲਮੀਕਿ ਆਦਿ ਧਰਮ ਸਮਾਜ ਅਤੇ ਬਾਬਾ ਸਾਹਿਬ ਦਲਿਤ ਫੋਰਸ ਵੱਲੋਂ ਮਿਲ ਕੇ ਕੱਢੀ ਜਾ ਰਹੀ ਹੈ, ਜੋ ਕਿਲ੍ਹਾ ਵਾਲਮੀਕਿ ਮਹੱਲੇ ਤੋਂ ਸ਼ੁਰੂ ਹੋ ਕੇ ਅਤੇ ਵੱਖ ਵੱਖ ਸ਼ਹਿਰ ਦੇ ਮਹੱਲਿਆਂ ਤੋਂ ਹੋ ਕੇ ਚੌੜਾ ਬਾਜ਼ਾਰ 'ਚ ਹੁੰਦੀ ਹੋਈ ਘਾਟੀ ਮਹੱਲੇ ਵਿਖੇ ਸਮਾਪਨ ਹੋਊਗਾ ਉਹਦਾ। ਔਰ ਬੜੀ ਖੂਬਸੂਰਤ ਝਾਕੀਆਂ ਜਿਹੜੀਆਂ ਆ ਉਹਦਾ ਹਿੱਸਾ ਹੋਣਗੀਆਂ, ਇਤਿਹਾਸ ਨਾਲ ਜੁੜੇ ਹੋਏ ਜਿਹੜੇ ਪਲ ਹੈ ਉਹ ਸ਼ਹਿਰ ਨੂੰ ਅਤੇ ਸਮਾਜ ਨੂੰ ਲੋਕਾਂ ਨੂੰ ਦੇਖਣ ਨੂੰ ਮਿਲੂਗੇ, ਕਿਉਂਕਿ ਭਗਵਾਨ ਵਾਲਮੀਕਿ ਮਹਾਰਾਜ ਨੇ ਰਮਾਇਣ ਲਿਖ ਕੇ 10,000 ਸਾਲ ਪਹਿਲਾਂ ਸੁਨੇਹਾ ਦਿੱਤਾ ਸੀ ਕਿ ਕਿਵੇਂ ਦਾ ਪਰਿਵਾਰ ਹੋਣਾ ਚਾਹੀਦਾ ਆ, ਰਾਮ ਵਰਗਾ ਇੱਕ ਭਰਾ ਹੋਣਾ ਚਾਹੀਦਾ, ਉਹਦੀ ਜ਼ਿੰਮੇਦਾਰੀਆਂ ਕੀ ਹੋਣੀਆਂ ਚਾਹੀਦੀਆਂ, ਲਕਸ਼ਮਣ ਵਰਗਾ ਇੱਕ ਛੋਟਾ ਭਰਾ ਦੱਸਿਆ ਕਿ ਛੋਟੇ ਭਰਾ ਦੇ ਕੀ ਫਰਜ਼ ਹੋਣੇ ਚਾਹੀਦੇ ਵੱਡੇ ਭਰਾ ਦੇ ਪ੍ਰਤੀ, ਔਰ 4 ਭਰਾਵਾਂ ਦਾ ਪਿਓ ਦੇ ਪ੍ਰਤੀ, ਮਾਤਾ ਦੇ ਪ੍ਰਤੀ ਕੀ ਫਰਜ਼ ਹੋਣਾ ਚਾਹੀਦਾ ਆ। ਇਹ ਦੁਨੀਆ ਨੂੰ ਸੰਦੇਸ਼ ਦੇਣ ਲਈ ਭਗਵਾਨ ਵਾਲਮੀਕਿ ਮਹਾਰਾਜ ਨੇ ਰਮਾਇਣ ਰਚੀ ਸੀ। ਇਹਨਾਂ ਹੀ ਪਲਾਂ ਨੂੰ ਖੂਬਸੂਰਤ ਦ੍ਰਿਸ਼ ਬਣਾ ਕੇ ਅਸੀਂ ਸਮਾਜ ਨੂੰ ਦਿਖਾਉਣ ਜਾਵਾਂਗੇ। ਜਾਣਾ ਲਾਈਵ ਦੇ ਲਈ ਟਿੰਕਾ ਚਾਟ ਰਿਪੋਰਟ।